ਸਮਾਂ ਕੁਸ਼ਤੀ ਦਾ ਲਓ ਆ ਬੰਟੀ ਕੁਸ਼ਤੀ ਮੇਰੇ ਪੰਜਾਬੀ ਵੀਰੋ ਮੌਸਮ ਖੱਤਰੀ ਤੇ ਪ੍ਰਿਤਪਾਲ ਫਗਵਾੜੇ ਦਾ ਜੁੱਧ ਜਿਹੜੇ ਜਿਹੜੇ ਦੇਖਣਾ ਤਾੜੀ ਮਾਰ ਦੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੇ ਨਾ ਮੱਲਾਂ ਦੇ ਨਾਂ ਤੇ ਲਓ ਕੁਸ਼ਤੀ ਦੀ ਸ਼ੁਰੂਆਤ ਹੁਣ ਜਾ ਰਹੀ ਹੈ ਵਾਰੀ ਵਾਰ ਚੈਨਲ ਨੂੰ ਗੁੱਜੋ ਸ਼ੁਰੂ ਵਿੱਚ ਹੋ ਰਿਹਾ ਦੀ ਜਾਨ ਇੱਕ ਵਾਰ ਤਾਂ ਬੈਲ ਦੇ ਆਈਕਨ ਤੇ ਆ ਕੁਸ਼ਤੀ ਦੀ ਦੇਖ ਰੇਖ ਦੇ ਲਈ ਸਾਡੇ ਰਾਣਾ ਪਹਿਲਵਾਨ ਜੀ ਬੜਵਾਲ ਤੇ ਅਮਰੀਕ ਪਹਿਲਵਾਨ ਜੀ ਮੇਲੀ ਬਾਕੀ ਦੇ ਸਾਰੇ ਮੇਰੇ ਵੀਰ ਬਾਹਰ ਹੋ ਜੀ ਆਪਾਂ ਲਾ ਸਿਰੇ ਦੀ ਕੁਸ਼ਤੀ ਜਿੰਦੇ ਸ਼ੁਰੂ ਹੋਣ ਜਾ ਰਹੀ ਆ ਮੌਸਮ ਖੱਤਰੀ ਇੱਕ ਵਾਰ ਅਤਕੜਾ ਕਰੇ ਲਾ ਦੁਨੀਆ ਦਾ ਵੱਡਾ ਮੱਲ ਲੰਬੀ ਲਿਸਟਾ ਮੈਡਲਾਂ ਦੀ ਤੇ ਪ੍ਰਿਤਪਾਲ ਫਗਵਾੜਾ ਇੱਕ ਵਾਰ ਅਤਕੜਾ ਕਰੇ ਚੜ੍ਹਦੀ ਬਰੇਜ਼ਾ ਦੁਆਬੇ ਦਾ ਮੱਲ ਤਾੜੀ ਜ਼ੋਰਦਾਰ ਮਾਰਦੀ ਹੈ ਦੋਨਾਂ ਮੱਲਾਂ ਦੇ ਲਈ ਆਹ ਕੁਸ਼ਤੀ ਨੂੰ ਕੁਝ ਕੁ ਪਲ ਬਾਕੀ ਤੇ ਪੁਆਇੰਟ ਤੇ ਕੁਸ਼ਤੀ ਹੈ ਜੀ ਸਿੱਧਾ ਟਾਈਮ ਆ ਠੀਕ ਆ ਸਿੱਧਾ ਟਾਈਮ ਆ ਦੋ ਮਿੰਟ ਦਿੱਤੇ ਹੋਏ ਆ ਮਤਲਬ ਮਾਰੋ ਦਾਅ ਵਿੱਚ ਫਿਰ ਉਸ ਤੋਂ ਬਾਅਦ ਅੱਜ ਦੀ ਝੰਡੀ ਦੀ ਕੁਸ਼ਤੀ ਨਾਲ ਜੁੜਨਾ ਇਲਾਕੇ ਪਰ ਤੋਂ ਜਿੰਨੇ ਚਿਹਰੇ ਜੁੜੇ ਆ ਸਭ ਦਾ ਵੱਡਾ ਸਤਿਕਾਰ ਆਖੀਏ ਜਿਨ੍ਹਾਂ ਨੇ ਮਨਾ ਮੋਹੀ ਮੁਹੱਬਤ ਦਿੱਤੀ ਹੈ ਕਿ ਜੰਮੇ ਵਿੱਚ ਪੰਜਾਬ ਦੇ ਜੜ ਸਾਡੀ ਗੱਲ ਕਿਸੇ ਪੰਜਾਬੀ ਦੇ ਨਾਲ ਕਰ ਲਓ ਸਤਲੁਜ ਜੇਲਮ ਬਿਆਸ ਚਨਾਬ ਚਾਰੇ ਰਾਵੀ ਚਾਰਾਂ ਦੀ ਭੈਣ ਦਾ ਖਿਆਲ ਕਰ ਲਓ ਪਾਣੀ ਪੀ ਕੇ ਧਰਤ ਪੰਜਾਬ ਦੀ ਦਾ ਗੈਰਤਮੰਦ ਪੰਜਾਬ ਦੀ ਭਾਲ ਕਰ ਲਓ ਖਰੇ ਉਤਰੇ ਸਾਂ ਖਰੇ ਉਤਰਾਂ ਗੇ ਬੱਚੇ ਬੱਚੇ ਕੋਲੋਂ ਪੁੱਛ ਪੜਤਾਲ ਕਰ ਲਓ ਲਾ ਛੋਟੇ ਬੱਚਿਆਂ ਤੋਂ ਲੈ ਕੇ ਅੱਜ ਵੱਡਾ ਯੁੱਧ ਹੋਇਆ ਲਓ ਆਹ ਕੁਸ਼ਤੀ ਕਹਿੰਦੇ ਵੱਡੇ ਮਾਣ ਵਾਲੀ ਹੋਈ ਹੈ ਅੱਜ ਬਿਲਕੁਲ ਪਹਿਲੀ ਕੁਸ਼ਤੀ ਜਿੱਥੇ ਕੀਰਤੀ ਬੜਵਾਲ ਸੋਨੂ ਲੰਬਾ ਨਾਲੇ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਕੁਝ ਕੁ ਪਲ ਬਾਕੀ ਹੈ ਤੇ ਮਰਸੜੀ ਦੇ ਵਾਈਪਰ ਵਾਂਗ ਚੱਲਦੀਆਂ ਹੋਈਆਂ ਬਾਹਾਂ ਇਧਰ ਦਾਅ ਵਿੱਚ ਵੱਜ ਰਿਹਾ ਉਧਰ ਯਾਦਗਰੀ ਤਸਵੀਰ ਹੋ ਰਹੀ ਹੈ ਐਨ ਕਹਿੰਦੇ ਪ੍ਰਿਤਪਾਲ ਫਗਵਾੜੇ ਦੇ ਨਾਲ ਉਸ ਤੋਂ ਬਾਅਦ ਆਪਾਂ ਕੁਸ਼ਤੀ ਜਿਹੜੀ ਲਾਓ ਬਈ ਕੁਸ਼ਤੀ ਬਰਾਬਰ ਬਲਾਂਜੀ ਕੁਸ਼ਤੀ ਬਰਾਬਰ ਠੀਕ ਆ ਤਾੜੀ ਜ਼ੋਰਦਾਰ ਮਾਰ ਦਿਓ ਵੀ ਦੋਨਾਂ ਮੱਲਾਂ ਦੇ ਲਈ ਸੋਨੂੰ ਲੰਬਾ ਨਾਲ ਤੇ ਕੀਰਤੀ ਬੜਵਾਲ ਦੇ ਦਰਮਿਆਨ ਪੂਰਾ ਯੁੱਧ ਹੋਇਆ ਬਹੁਤ ਸ਼ਾਨਦਾਰ ਕੁਸ਼ਤੀ ਹੋਈ ਹੈ ਨੌਜਵਾਨਾਂ ਦੇ ਦਰਮਿਆਨ ਬਹੁਤ ਬਹੁਤ ਧੰਨਵਾਦ ਸਾਡੇ ਇਟਲੀ ਵਾਲੇ ਵੀਰਾਂ ਵੱਲੋਂ ਵੀ ਹਾਂਜੀ 20 ਮਿੰਟ ਦਾ ਸਮਾਂ ਕਹਿੰਦੇ ਦਿੱਤਾ ਜਾ ਰਿਹਾ ਖੁਦ ਖੁੱਲਾ ਸਿੱਧਾ 20 ਮਿੰਟ ਦਾ ਸਮਾਂ ਇਹਨਾਂ ਨੌਜਵਾਨਾਂ ਨੂੰ ਪਹਿਲਾਂ ਪ੍ਰਬੰਧਕੀ ਕਮੇਟੀ ਵੱਲੋਂ 20 ਮਿੰਟ ਦਾ ਸਮਾਂ ਆਓ ਜੀ ਮੌਸਮ ਜੀ ਆਓ ਸਬਸਕ੍ਰਾਈਬ ਕਰੋ ਦਰਸ਼ਕ ਵੀਰੋ ਕਰਾਈਏ ਕੁਸ਼ਤੀ ਸ਼ੁਰੂ ਮਾਰਦੇ ਤਾੜੀ ਜ਼ੋਰਦਾਰ ਫਿਰ ਕੁਸ਼ਤੀ ਸ਼ੁਰੂ ਕਰਾਈਏ ਆਈਕਨ ਤੇ ਕਲਿੱਕ ਕਰੋ ਲਓ ਕਹਿੰਦੇ ਦੋ ਮੱਲਾਂ ਦੇ ਦਰਮਿਆਨ ਜੁੱਧ ਸ਼ੁਰੂ ਹੋਣ ਜਾ ਰਿਹਾ ਹੈ ਦੁਆਬਾ 9.com ਦੇ ਜ਼ਰੀਏ ਦੁਨੀਆ ਜੁੜੀ ਹੋਈ ਹੈ ਸੋਨੀ ਭਾਈ ਦਾ ਬਹੁਤ ਬਹੁਤ ਧੰਨਵਾਦ ਗੋਲਡੀ ਭਾਵਨ ਦਾ ਬਹੁਤ ਬਹੁਤ ਧੰਨਵਾਦ ਲਓ ਇਹਦੇ ਚੱਲਦੀ ਹੋਈ ਸ਼ੁਰੂ ਹੋਣ ਜਾ ਰਹੀ ਹੈ ਕੁਸ਼ਤੀ 20 ਮਿੰਟ ਦਾ ਸਮਾਂ ਖੁੱਲਾ ਦਿੱਤਾ ਜਾ ਰਿਹਾ ਪਹਿਲਾਂ ਸਿੱਧਾ 20 ਮਿੰਟ ਦਾ ਸਮਾਂ ਫੈਸਲਾ ਜਿੱਤ ਹਾਰ ਦਾ ਵਾਹ ਜੀ ਵਾਹ ਜਿਵੇਂ ਕਹਿੰਦੇ ਅੱਜ ਦੇ ਦੰਗਲ ਦੇ ਵਿੱਚ ਸਿਰਾ ਹੋਇਆ ਹੈ ਸਾਰੀ ਕਹਿੰਦੇ ਲੰਬੜ ਸੁੱਖੇ ਲੰਬੜ ਨੇ ਕਹਿੰਦੇ ਕਰੀਮ ਇਕੱਠੀ ਕੀਤੀ ਹੈ ਪਹਿਲਵਾਨੀ ਦੀ ਇਤਿਹਾਸਿਕ ਕੁਸ਼ਤੀਆਂ ਕਰਾਈਆਂ ਜੇ ਅੱਜ ਦੀਆਂ ਕੁਸ਼ਤੀਆਂ ਵਧੀਆ ਲੱਗੀਆਂ ਤਾੜੀ ਮਾਰਦੇ ਇੱਕ ਵਾਰੀ ਜ਼ੋਰਦਾਰ ਦਰਸ਼ਕ ਵੀਰੋ ਅੱਜ ਸਿਰਾ ਹੋ ਗਿਆ ਹੈ ਸਾਧਪੁਰ ਦੇ ਵਿੱਚ ਲੈ ਵੀ ਕਰਮਦੀਨ ਛੇੜ ਕਹਾਣੀ ਨਾ ਮੱਲਾਂ ਦੀ ਬਹੁਤ ਬਹੁਤ ਧੰਨਵਾਦ ਲੰਬੜ ਬਾਈ ਨੇ ਕੋਈ ਵੀ ਦੰਗਲ ਨਹੀਂ ਛੱਡਿਆ ਤੇ ਅੱਜ ਕੋਈ ਵੀ ਮੱਲ ਨਹੀਂ ਛੱਡਿਆ ਸਾਰੇ ਮੱਲ ਜਿਹੜੇ ਪੰਜਾਬ ਦੀ ਕਰੀਮ ਪੁੱਜੀ ਹੈ ਇਲਾਕੇ ਪਰ ਤੋਂ ਮਾਝਾ ਮਾਲਵਾ ਦੁਆਬਾ ਪਹਿਲਾਂ ਦੱਸਿਆ ਵੀ ਜਿਵੇਂ ਹਿੰਦੁਸਤਾਨ ਤੱਕ ਜਿਹੜੇ ਸਾਰੇ ਮੱਲ ਘੁਲਣ ਆਏ ਆ ਪਰ ਆਹ ਕੁਸ਼ਤੀ ਸਿਰਾ ਤਾੜੀ ਜ਼ੋਰਦਾਰ ਮਾਰ ਦਿਓ ਇੱਕ ਨੰਬਰ ਦੀ ਝੰਡੀ ਦੀ ਕੁਸ਼ਤੀ ਹੈ ਤੇ ਦੋਨਾਂ ਮੱਲਾਂ ਦੀ ਆਪਸ ਵਿੱਚ ਦੀ ਪਹਿਲੀ ਕੁਸ਼ਤੀ ਹੈ ਹੁਣ ਤਾੜੀ ਜ਼ੋਰਦਾਰ ਮਾਰ ਦਿਓ ਅੱਜ ਤਿੰਨ ਦੀਆਂ ਤਿੰਨੇ ਕੁਸ਼ਤੀਆਂ ਜਿਹੜੀਆਂ ਆਪਸ ਵਿੱਚ ਦੀ ਮੱਲਾਂ ਦੀਆਂ ਹੋਈਆਂ ਤੇ ਪਹਿਲੀਆਂ ਪਹਿਲੀਆਂ ਹੋਈਆਂ ਨੇ ਲਓ ਮੌਸਮ ਖੱਤਰੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਇਸ ਵੇਲੇ ਪੂਰਾ ਯੁੱਧ ਚੱਲਦਾ ਸਿਰੇ ਦੀ ਕੁਸ਼ਤੀ ਹੈ ਐਨ ਸਤਿਕਾਰਯੋਗ ਚਿਹਰੇ ਨੇ ਔਰ ਅਮਰੀਕ ਪਹਿਲਵਾਨ ਜੀ ਤੇ ਦੂਸਰੇ ਪਾਸੇ ਰਾਣਾ ਪਹਿਲਵਾਨ ਜੀ ਬੜਵਾਲ ਦਵਿੰਦਰ ਪਹਿਲਵਾਨ ਜੀ ਚੜ੍ਹਾ ਇਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੈਮਰੇ ਵਾਲੇ ਮੇਰੇ ਵੀਰ ਆ ਉਹਨਾਂ ਨੂੰ ਬੇਨਤੀ ਆ ਵੀ ਘੁੰਮ ਫਿਰ ਲਈਏ ਅੱਜ ਦੀ ਕੁਸ਼ਤੀ ਦਾ ਪੂਰਾ ਯੁੱਧ ਚੱਲਦਾ ਹੈ ਪ੍ਰਿਤਪਾਲ ਫਗਵਾੜਾ ਚੜ੍ਹਦੇ ਪਾਸੇ ਆ ਜਿਹਨੇ ਦੋਨੇ ਗੋਡਿਆਂ ਤੇ ਐਂਕਲੈਟ ਪਾਇਆ ਹੋਇਆ ਤੇ ਦੂਸਰੇ ਪਾਸੇ ਮੌਸਮ ਆ ਖੱਤਰੀ ਔਰ ਸਾਡੇ ਬਾਬਾ ਦੀਪਾ ਜੀ ਜਿਨ੍ਹਾਂ ਦੀ ਵੱਡੀ ਪਾਲ ਕਿਰਪਾ ਦੇ ਨਾਲ ਅੱਜ ਦਾ ਇਹ ਮੱਲ ਅੱਜ ਸ੍ਰੀਨਗਰ ਦੇ ਵਿੱਚ ਜੁੜਿਆ ਬਹੁਤ ਬਹੁਤ ਧੰਨਵਾਦ ਆਖੀਏ ਦੀਪਾ ਬਾਬਾ ਜੀ ਵਿਜੇ ਪਹਿਲਵਾਨ ਜੀ ਫਗਵਾੜਾ ਇਹ ਜਿੰਨੇ ਵੀ ਪੁਰਾਣੇ ਬਜ਼ੁਰਗ ਮਹਿੰਦਰ ਪਹਿਲਵਾਨ ਜੀ ਟਿੱਬੀ ਜਿੰਨੇ ਵੀ ਉਸਤਾਦ ਲੋਕ ਪੁੱਜੇ ਸਭ ਦਾ ਬਹੁਤ ਬਹੁਤ ਧੰਨਵਾਦ ਪਰ ਕੁਸ਼ਤੀ ਬਾ ਟੌਪ ਦੀ ਜਲਦੀ ਹੈ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦੇ ਦਰਮਿਆਨ ਪੂਰਾ ਯੁੱਧ ਚੱਲ ਰਿਹਾ ਤਾੜੀ ਜ਼ੋਰਦਾਰ ਮਾਰਦੀ ਹੈ ਮੱਲਾਂ ਦੇ ਲਈ ਵਾਹ ਜੀ ਵਾਹ ਬਹੁਤ ਸ਼ਾਨਦਾਰ ਕੁਸ਼ਤੀ ਚੱਲਦੀ ਹੋਈ ਮੌਸਮ ਖੱਤਰੀ ਕਹਿੰਦੇ ਵੀ ਸੰਤ ਮਹਾਂਪੁਰਸ਼ ਬਾਬਾ ਸਕੀ ਰਾਮ ਜੀ ਉਹਨਾਂ ਦੇ ਨਾਲ ਬੜਾ ਪਿਆਰ ਹੈ ਤੇ ਭਰਾਵਾਂ ਤੋਂ ਵੱਧ ਕੇ ਕਾਲੀ ਦੇ ਨਾਲ ਪਿਆਰ ਰੱਖਣ ਵਾਲੀ ਇਹ ਸ਼ਖਸੀਅਤ ਹੈ ਇਹ ਹੈ ਕਹਿੰਦੇ ਵੀ ਮੌਸਮ ਖੱਤਰੀ ਤੇ ਦੂਸਰੇ ਪਾਸੇ ਕਹਿੰਦੇ ਵੀ ਸੋਧੀ ਸਾਹਿਬ ਦੇ ਅਖਾੜੇ ਦਾ ਮੁੰਡਾ ਚਰਚਾ ਚ ਪੂਰਾ ਪ੍ਰਿਤਪਾਲ ਫਗਵਾੜੇ ਦਾ ਸ਼ੇਰਾ ਗਹਿਲ ਮਜਾਰੀ ਇਹਨਾਂ ਦੀਆਂ ਸਿਫਤਾਂ ਲਿਖਦਾ ਇਹਨਾਂ ਪਹਿਲਵਾਨਾਂ ਦੀਆਂ ਸਿਫਤਾਂ ਲਿਖਦਾ ਮੇਰੇ ਪੰਜਾਬੀ ਵੀਰੋ ਕਿ ਹਰ ਕੋਈ
शीशे अगे ते डाले हर कोई तकदा है मेथों कोई ना तकड़ा बड़े भुलेखे रखता है पर नाल बेगानिया ते नाल बेगानिया जो पेचे पैंदे ने हाथ शेरां दे जुड़दे पट्टां दे नाल पट विर खेंदे ने कि शेरे गैन मजारी हुंदे पेड़ फे सैना दे जोरां वाले परखे जांदे विच मैदानां दे जोरां वाले परखे जांदे विच मैदानां दे ला जोरां दे नाल जोर जिहड़ा इस वेले पूरा टकरा रहा है पूरे जोर की कुश्ती चलती है कि लंबी उम्र सिपी विच गट्टे मोती फिर वह किसी की जुल्फ का शिंगार बनता है फुल अपना तन चरवाए पहला फिर वह किसी के गले का हार बनता है सुरमा अपना आप रगड़ाए पहला फिर वह किसी के नैणा की धार बनता है इतने दौलतों के जगीर की लड़ कोई ना सिर देने वाला ही सरदार बनता है जिन्होंने बड़िया नामवर शख्सियत जड़िया जुड़िया ने अपने समय के तगड़ी मल्ली की है सौंधी साहब का नाम बड़ा दुआबे दुआबे भर तो लैके इंटरनेशनल पद्धर तक आप सब का बड़ा धन्यवाद आखिए जिते सभा मालूम यारा किशन कौर जी तलेता और सब का बड़ा धन्यवाद इधरले पासे कुश्ती एन सिरे की चलती हुई मौसम खतरी ते प्रतपाल फगवाड़े के दरम्यान पूरा युद्ध चलता है दोने मल सिरे दे ने एन एक एक तो एक दोने मल बड़े नामने वाले है क्योंकि दोनों का नाम सिरा है और दोनों की कुश्ती भी कहते सिरा इस वेले चलती है और दोने बड़े नामवर मल ते इस वेले दा पेच वाली गल है सिरे दियां कुश्तियां जिहड़ियां हुण तक होईयां ने अज दी इह पहली कुश्ती है इलाके भर दे विच दुआबे भर दे विच ते दोनों मलां दे विच आपस विच दी इह पहली कुश्ती दा बड़ी शानदार कुश्ती करम दिन बड़ी शानदार कुश्ती इन्हां मलां दे दरमियान है बहुत बहुत धन्यवाद लो उधरले पासे मुंडा ला ला के मारदा है मुंडा ला ला के मारदा मौसम कतरी ते प्रितपल फगवाड़े दे दरमियान युद्ध है वाहिगुरु सचे पातशाह मीर करे दर्शक वीरे दुवारी ताड़ी जोरदार मुंडा जल्दी तंदुरुस्त हो जाए मल दे लई ताड़ियां मारदे प्रितपल हल्की जी चोट महसूस करदा वाहिगुरु कोई बली पैगंबर रोके बजदियां सट्टां नूं गज गज चौड़ी छाती हो जाए नजर ना लगे पट्टां नूं गज गज चौड़ियां छातियां हो जाण ते नजर ना लगे पट्टां नूं इक वार ताड़ी मारो मुंडे लई दिलों जल्दी ना उठे ते फिर आपां कुश्ती नाल देखीए क्योंकि सियाणे कहिंदे आ पहलवान दा अक्सर गोडा ते कबड्डी खिडारी का मोढ़ा दुखदा रहिंदा है पर मेहनत है सरनामिया वाली गल असी अरदास करिए दुआ करिए भी इन्हां पहलवान वीरां दी कदे तत्ती वाह ना लगे क्योंकि नाम बड़ा है कुश्ती बड़ी है डेढ़ लाख दे प्राइज ने लावे ताड़ी जोरदार मार दिओ कुश्ती फिर तो ऐन कहिंदे शुरुआत होण लगी है दुआवां ने दर्शक वीर मुंडा जल्दी राजी कीता दुआवां हुंदियां ने संगत दियां चार तो वध जिथे बंदे इकट्ठे हो जाण उथे संगत रूप रब रूपी बन जांदी है सो असीं बहुत बहुत धन्नवाद करदे आ ਇਹਦਾ ਪਹਿਲਾ ਇਨਾਮ ਜਿਹੜਾ ਜੋਗਿਆਂ ਦੇ ਪਰਿਵਾਰ ਵੱਲੋਂ ਗੋਪੀ ਸਰਪੰਚ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਕਹਿੰਦੇ ਵੀ ਸਰਦਾਰ ਸਵਰਗਵਾਸੀ ਸਰਦਾਰ ਅਜੀਤ ਸਿੰਘ ਜੀ ਦੇ ਪਰਿਵਾਰ ਦਾ ਧੰਨਵਾਦ ਅਗਲੇ ਸਾਲ ਸਾਰੀ ਛਿੰਜ ਦਾ ਖਰਚਾ ਜਿਹਨਾਂ ਵੱਲੋਂ ਦਿੱਤਾ ਜਾਵੇਗਾ ਅਗਲੀ ਛਿੰਜ ਦਾ ਸਾਰਾ ਖਰਚਾ ਲਓ ਇੱਧਰ ਪ੍ਰਿਤਪਾਲ ਤੇ ਕਹਿੰਦੇ ਮੌਸਮ ਖੱਤਰੀ ਦਾ ਜੋਤ ਮੁੰਡੇ ਪਿੱਛੇ ਪਿੱਛੇ ਹੋ ਕੇ ਡਿੱਗਦੇ ਆ ਇਹ ਟਕਰਾ ਹੈ ਇਹ ਸਾਨਾਂ ਦੇ ਭੇੜ ਹੈ ਇੱਧਰ ਲਲਕਾਰੇ ਵੀ ਵੱਜਦੇ ਆ ਮੇਰੇ ਵੀਰੇ ਵਾਹ ਜੀ ਵਾਹ ਹਾਂਜੀ ਸਾਧਪੁਰੀਓ ਜੇ ਕੁਸ਼ਤੀ ਵਧੀਆ ਲੱਗੀ ਤੇ ਇੱਕ ਵਾਰ ਲਲਕਾਰਾ ਜਾਂ ਮਾਰ ਕੇ ਦੱਸ ਦਿਓ ਵਈ ਕੁਸ਼ਤੀ ਸਿਰਾ ਇਹ ਕੋਈ ਸ਼ੱਕ ਨਹੀਂ ਬਾਬਾ ਜੀ ਤੁਹਾਡੀ ਵੱਡੀ ਮਿਹਰਬਾਨੀ ਹੈ ਤੁਸੀਂ ਮੱਲ ਲਿਆਂਦਾ ਤੇ ਪਿੰਡ ਦੀ ਰੌਣਕ ਜਿਹੜੀ ਚੁਗਣੀ ਹੋਈ ਹੈ ਲਾ ਸਤਿਕਾਰਯੋਗ ਚਿਹਰੇ ਨੇ ਇਧਰਲੇ ਪਾਸੇ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਹੈ ਪੰਜ ਤੇ ਛੇ ਤਰੀਕਾਂ ਬੈਂਸਾਂ ਦੀਆਂ ਹੋਣਗੀਆਂ ਪੰਜ ਤਰੀਕ ਨੂੰ ਪਿੜ ਹੋਣਾ ਤੇ ਛੇ ਨੂੰ ਵੱਡਾ ਦੰਗਲ ਹੈ ਆਹ ਕੁਸ਼ਤੀ ਸਿਰਾ ਚੱਲਦੀ ਇਹਨਾਂ ਮੱਲਾਂ ਦੇ ਦਰਮਿਆਨ ਹਾਂਜੀ ਪੱਕਿਆਂ ਦੇ ਪਰਿਵਾਰ ਦੇ ਸੁੱਖ ਨਾ ਸੁੱਖੀ ਅਗਲੇ ਸਾਲ ਲਈ ਬੁਲਟ ਮੋਟਰਸਾਈਕਲ ਭਜਨ ਸਿੰਘ ਜੀ ਸਨ ਅਜੀਤ ਸਿੰਘ ਜੀ ਉਹਨਾਂ ਦੇ ਵੀ ਸੁੱਖ ਨਾ ਕਹਿੰਦੇ ਵੀ ਉਹਨਾਂ ਦੀ ਇਸ ਵਾਰ ਐਲਾਨ ਕਰਾਇਆ ਵੀ ਅਗਲੇ ਸਾਲ ਬੁਲਟ ਮੋਟਰਸਾਈਕਲ ਦਿੱਤਾ ਜਾਊਗਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ अगले साल के लिए स्वर्गवासी सरदार अजीत सिंह जी के परिवार जिहड़ा अमेरिका के विच बैठा हुआ सारी छिंज का खर्चा देंगे असीं बहुत बहुत धन्यवाद करते हैं बहुत बहुत धन्यवाद हरमिंदर सिंह जी समराड़ी वाले वो भी लाइव जुड़े है अज की झंडी की कुश्ती अनेक लोग देख रहे हैं पर आ कुश्ती कहते सिरा है जिमें तिलूवीर फेसबुक से एस आई आर लैके बिचे बी ए पा दीए उन्हूं सिरा कह देंगे पर सिरा कुश्ती है जे कुश्ती वधिया लग रही ताड़ी जोरदार मार दिओ दोनों मल्लां दे दरमियान पूरा युद्ध चलता है मौसम खत्री ते प्रितपाल फगवाड़े दे दरमियान एन सिरे दी कुश्ती चलदी होई मल्लो मारो दाबे च वड्डे सरनामिया वाली गल है कि महावली रणजीत सिंह होया नाल जोर दे मुल्क लाए गया मुल्तान कश्मीर पिशावर चंबा जम्मू कांगड़ा कोट नवाए गया खोल मुल्क ने चीन की लद्दाख तोड़ी
सिख अपने नाम का चलाया गया शाम हमदा जान 50 वर्षा अच्छा रज के नाम कमाए गया जिन्होंने बड़ी मेहनत की अज सरनामिया से गल पहुंची है मौसम खतरी एन बिल्कुल चढ़ते पास है जिन्हें दोनों गोडिया के एंकलेट पाए हुए है यह प्रितपल फगवाड़ा है दूसरे पास मौसम खतरी है ये जस्सा पट्टी के नाल कहते 11वें महीने की 3 तरीक वड्डा दंगल होना है ते बिल्कुल बैंसा की धरती के भी वड्डे दुनिया के मल पुजने जिते प्रितपाल कमल जी डूम छेड़ी मौसम खतरी धर्मेंद्र कुहाड़ी अनेक मल जे 6 तरीक बैंसा की धरती के पुजने सामने युद्ध मेरे पंजाबी वीरे के अज साधपुर के दंगल बचू ललकारा जरा सुन के जाई सरदारा अज साधपुर के दंगल बचू ललकारा ਧੌਣ ਦੇ ਉੱਤੇ ਆ ਜਾ ਗੋਡਾ ਤੇ ਇੰਜ ਲੱਗਦਾ ਹੈ ਜਿਵੇਂ ਰੱਖਿਆ ਹੋਵੇ ਧੌਣ ਦੇ ਉੱਤੇ ਆਰਾ ਤੇ ਕਹਿੰਦੇ ਸਾਧਪੁਰ ਦੇ ਦੰਗਲ ਦੇ ਵਿੱਚ ਅੱਜ ਬਚੂ ਲਲਕਾਰਾ ਲਲਕਾਰੇ ਵੱਜ ਰਹੇ ਆ ਕਹਿੰਦੇ ਵੀ ਅੱਜ ਸਾਧਪੁਰ ਦੇ ਦੰਗਲ ਦੇ ਵਿੱਚ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦਾ ਜਿੱਤ ਦੁਨੀਆ ਜੁੜੀ ਹੋਈ ਹੈ ਹੁਣ ਦੇਖਾਂਗੇ ਵੀ ਫੈਸਲੇ ਜਿੱਤ ਹਾਰ ਦੇ ਲੈ ਵੀ ਸਾਧਪੁਰ ਵਾਲਿਓ ਜੇ ਕੁਸ਼ਤੀ ਦਾ ਫੈਸਲਾ ਆਰ ਪਾਰ ਦਾ ਲੈਣਾ ਤਾੜੀ ਮਾਰ ਦੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੇ ਵਾਹ ਵਾਹ फैसला आर हार दा जित हार दा फैसला लंबड़ ने मैनूं आउंदे सारे जानकारी दित्ती वी सारे वक्-वक् नगरां दे विच बारिश होई है अज दे दिन पर मालक ने वड्डा साथ दित्ता है एक बार धन धन गोगा यार वीर लई खुल के ताड़ी मारदी है बाजी दी बदौलत ये जिन्ने चेहरे जुड़े है और मौसम ने साथ दिता ते मौसम कुश्ती लड़ रहा है ला सामने कहते मौसम आप कुश्ती लड़ रहा है फिर किदां नहीं साफ होना तेलू ला मौसम आप कुश्ती लड़ता ते फिर मौसम ने तो साथ देना ही है मौसम भी साफ होगा ते नाल सुखे लंबड़ वालों दीपा बाबा फलाई जी का बहुत बहुत धन्यवाद किया जा रहा है दिल दी गहराइया चो बहुत बहुत धन्यवाद ते कहंदे भी जोगियां दे परिवार वालों 1.5 लाख की कुश्ती करवाई जा रही है ते अगले साल लई सुख सुखी है परमात्मा उहनां दी सुख पूरी करे ते बुलट मोटरसाइकिल देणगे असीं उहनां दा बहुत बहुत धन्यवाद करदे आ ते नाल कहंदे भी अगले साल दे वास्ते स्वर्गवासी अजीत सिंह दा परिवार अमेरिका दे विच वसिया होया है उहनां वल्लों सारी शिंद दा खर्चा दित्ता जावेगा बहुत बहुत धन्यवाद करदे आ भई अज दंगल कहंदे होए आ पंजाब दे विचों पहलवानी की दुनिया की सारी क्रीम कट्ठी की है जे अज का दंगल वधिया लग्या तो एक बार दिलों ताड़ी मारो साडे लंबड़ दे वास्ते वाह लंबड़ा सिरा करवाता सुखे लंबड़ ने कहते भी एन हर दंगल दे विच जाके ऐड भी की है संगत भी हुमा मा के पुजी है सारी संगत का बहुत बहुत धन्यवाद है लो इधरले पासे के छेरे गहने मजारी मुंडा सोधी साहब दे खाड़े का चर्चा च पूरा प्रितपाल फगवाड़े का यह फगवाड़े का मल है दुआबे का मल है दूजे पासे कहते भी हिमाचल का मल है यह है सोनू पहलवान कांगड़ा मेरे वीरो और दूजा सॉरी मौसम पहलवान खतरी जल्दी हुई कुश्ती ना नौजवानों के दरम्यान करम दिन 10 मिनट गुजर चुके हैं 10 मिनट बीत चुके हैं कुश्ती के कुछ समा बीत गया कुछ बीतण वाला है लो सामने मौसम से कहते प्रितपाल फगवाड़ा हाँ जी 14 तरीक नूं शंकर दी धरती दे विच वड्डा दंगल होना जस्सा पट्टी ते मौली महाराष्ट्र के दरम्यान युद्ध होना है पर इधर प्रितपाल फगवाड़े ने खुच पट्टी वाह ताड़ी मार दिओ मल्ला दे लई एन बाहर बैठे ताड़ियां मारी जाओ हजे ताड़ी दे को साहब टैक्स नहीं लगा जदों लग गया फिर किसी ने नहीं बजाउणी हजे फ्री आपां भई ताड़ी जोरदार मार दिओ दोनों मल्लां दे लई एन सिरे की कुश्ती चलती है दोनों मल्लां दे दरम्यान पूरा मान दिता बहुत बहुत धन्यवाद साहब राजू गुरजोत साहब बल्ली जीता भाजी ते गोपी सरपंच जोड़ी सुखे लंबड़ का सारे वीर का बहुत बहुत धन्यवाद है जिनी बड़ी सेवा निभाई है दंगल वाजी गोबे लिया कुश्ती गोबे लो राणा बलवान जी सेंटर लियाओ गोबे जन लियाओ वाह जी वाह बड़ी शानदार कुश्ती इन्हां नौजवानों के दरम्यान है जिवें पंजाब दी मनी ते जिंदर ते गोपी सरपंच बहुत बहुत धन्यवाद सारे भरावां दा जिवें पंजाब दा सेंटर फगवाड़ा आख्या जांदा ते अज भी सेंटर दे विच कुश्ती सेंटर वाले मल दी चलदी है दोनों पासे बड़े चोटी दे मल ने मौसम खतरी दी जे गल करिए और काफी लंबी लिस्ट है जोगिंदर दिल्ली वांग मैडलों की और दूसरे पासे चढ़ती ब्रेस का मल है दापेच वाली गल मलो मारो दापेच फिर जाके कुश्ती जी आर पार होनी है कि पिंजरा लख हो भावे सोने का आजाद पंछी जहा मजा नहीं आ सकता
जुत्ती पैरां च होवे भावें सोने दी पा के मंदिर दे अंदर नहीं जा सकदा। तारू लख होवे भावें समुंदरां दा बिना मलाह दे नहीं पार जा सकदा। प्यारा सिंघा शेर मर जो भुख दुख पर मरदा मरदा कदे घा नहीं खा सकदा। ला शेरां दी टक्कर चलदी आपस विच दी जिथे दूर दरेडे तो जिन्ने भी चेहरे जुड़े है वक् वक् नगरां तो जिन्नियां भी प्रबंधकी कमेटियां जुड़ियां ने कले कले चेहरे का वड्डा धन्नवाद। आने वाली 13 तरीक सुल्तानपुर दे विच वड्डा दंगल है, आने वाली 21 तरीक दयालपुर दे विच वड्डा दंगल है, जिन्हें भी वक् वक् नगरां दे विच दंगल होणगे। 20 तरीक नूं जिथे खटखट कला 20 तरीक नूं नागरियां दे विच वड्डा दंगल है, 13 ते 14 तरीक जिहड़ियां शंकर दीआं होणगीआं इलाके भर तों जिन्ने चेहरे जुड़े आ, पर 19 तरीक नूं ट्रैक्टर तवियां दे मुकाबले होणगे बुरज फांबड़े दी धरती दे विच। पर अज इस दंगल दे विच पूरा जोर लगा होया, 9 ते 10 तरीकां गढ़ी मां सिंह दीआं, पर दोनों मल्लां दा पूरा जोर लग रहा है। सिरे दी गल आ 1.5 लाख रुपया एक पासे 100,000 स्वाद कुश्ती का सरदार सतनाम सिंह जी एस एच ओ साहब थाना मकंदपुर उन्हों का भी बहुत बहुत धन्यवाद करते हैं। ए एस आई बलदेव सिंह जी उन्हों का भी बहुत बहुत धन्यवाद। अज के दंगल मेरे पंजाबी वीरो लो इधरले पासे सुरजीत सिंह जी सिरे का दंगल हो गया जिन्हों सिरा कह दिए और पंजाब की सारी कमी बुझी है। वाह टॉप की कुश्ती चलती है इस वेले प्रितपाल फगवाड़ा ते मौसम खत्री के दरम्यान। वाह भी वाह इधर सिरे की कुश्ती चलती है इलाके पर तो जिन्ने चेहरे जुड़े आ सब का बड़ा माण है भी लोड़ पैण उत्ते जिहड़ा खड़ता नहीं यार दसो ऐसे यार नूं की करना है, गोली चले धोखा देवे पस्तौल दसो ऐसे हथियार नूं की करना है, इश्के की गल कोर्ट कचहरी विच पहुंचे मुकरे जे नार दसो ऐसी नार नूं की करना है, कदे ना खोट बदले जी दे अंदर रहिंदी है, होवे जुत्ती भावें सोने दी पर पैरी पैंदी है सियाणियां दी गल्लां ने। पर इधर सियाणियां दे तत विचों पूरा जोर लगा होया पंजाब दी जरगेज मिट्टी दे विच वड्डा माण दित्ता। प्रितपाल फगवाड़ा ते मौसम खत्री दे दरमियान युद्ध चलदा है, सिरे दी कुश्ती चलदी है। वे एक बार ताड़ी जोरदार मारदी सारी कमेटी दे लई जिन्हें बहुत वड्डा उपराला कीता ते दुनिया दे वड्डे मल्लां दे नाल दर्शन करवाए। वाह वाह इधरले पासे कहिंदे भी 14 मिनट बीत गया ते 15 मिनट शुरू हो गया कुश्ती का। एक पासे प्रितपाल ते दूसरे पासे नौजवान है मौसम खत्री मेरे वीरो चलदी हुई कुश्ती इन्हां नौजवानों के दरमियान है। वाह जी वाह मालिक सारे परिवारों के उपर कृपा करे, मालिक सारे परिवारों के उपर कृपा करे। टोली टोली जदों कोई इंसान कहिंदे भी तुहाडे कोल कोई मंगण लई आवे ते उहनूं जरूर ਉਹਦੀ ਮੰਗ ਪੂਰੀ ਕਰਿਆ ਕਰੋ ਕਿਉਂਕਿ ਪਰਮਾਤਮਾ ਨੇ ਇਹ ਦੇਖੋ ਵੀ ਤੁਹਾਨੂੰ ਦੇਣ ਵਾਲਿਆਂ 'ਚ ਰੱਖਿਆ ਤੇ ਮੰਗਣ ਵਾਲਿਆਂ 'ਚ ਨਹੀਂ ਰੱਖਿਆ। ਜਦੋਂ ਕੋਈ ਕੁਝ ਮੰਗਦਾ ਤੇ ਉਹਨੂੰ ਜ਼ਰੂਰ ਕੁਝ ਨਾ ਕੁਝ ਦਿਆ ਕਰੋ ਕਿਉਂਕਿ ਤੁਹਾਨੂੰ ਪਰਮਾਤਮਾ ਨੇ ਦੇਣ ਵਾਲਿਆਂ ਦੇ ਵਿੱਚ ਰੱਖਿਆ ਹੈ, ਸ਼ੁਕਰਾਨਾ ਕਰੋ ਪਰਮਾਤਮਾ ਦਾ। ਵਾਹ ਜੀ ਵਾਹ ਇਹਦੇ ਪਾਸੇ ਜਿੱਤ ਬੜਾ ਸ਼ਾਨਦਾਰ ਹੈ। ਵਾਹ ਜੀ ਵਾਹ ਪਰਮਾਤਮਾ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਹੈ, ਪਰਮਾਤਮਾ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਕਿਉਂਕਿ ਝਾਂਜਰ ਪਾਏ ਸੋਨੇ ਦੀ ਹੋਵੇ ਤੇ ਪਾਈ ਪੈਰਾਂ ਦੇ ਵਿੱਚ ਜਾਂਦੀ ਹੈ ਤੇ ਬਿੰਦੀ ਪੰਜ ਬਾਰੀਆ ਲਾਈ ਮੱਥੇ ਤੇ ਜਾਂਦੀ ਹੈ, ਝਾਂਜਰ ਚਾਹੇ ਸੋਨੇ ਦੀ ਪਾਈ ਪੈਰਾਂ 'ਚ ਜਾਂਦੀ ਹੈ, ਬਿੰਦੀ ਪੰਜ ਰੁਪਏ ਦੀ ਤੇ ਮੱਥੇ ਤੇ ਲਾਈ ਜਾਂਦੀ ਹੈ। ਪਰਮਾਤਮਾ ਨੇ ਜਿੱਥੇ ਰੱਖਣਾ ਉਹਦੇ ਭਾਣੇ ਦੇ ਵਿੱਚ ਰਹਿਣਾ ਚਾਹੀਦਾ, ਇਨਸਾਨ ਨੂੰ ਉਹਦੇ ਭਾਣੇ 'ਚ ਰਹਿਣਾ ਚਾਹੀਦਾ। ਆਹ ਇਨਸਾਨਾਂ ਨੇ ਨੇਕ ਨੀਤ ਦੇ ਨਾਲ ਮਿਹਨਤ ਕੀਤੀ ਦੁਨੀਆਂ ਦੇ ਉੱਪਰ ਤੇ ਅੱਜ ਤੂਤੀ ਬੋਲਦੀ ਹੈ ਨਾ ਮੱਲਾਂ ਦੀ, ਅੱਜ ਤੂਤੀ ਬੋਲਦੀ ਹੈ ਮੇਰੇ ਵੀਰੋ। ਹੁਣ ਦੇਖਾਂਗੇ ਵੀ ਇੱਕ ਪਾਸੇ ਪ੍ਰਿਤਪਾਲ ਫਗਵਾੜਾ ਤੇ ਦੂਸਰੇ ਪਾਸੇ ਨਜ਼ਰ ਮੌਸਮ ਖੱਤਰੀ ਤੇ 1.5 ਲੱਖ ਰੁਪਏ ਦੀ ਕੁਸ਼ਤੀ ਇਸ ਵੇਲੇ ਚੱਲ ਰਹੀ ਹੈ। ਲਾ ਸਿਰਾ ਕੁਸ਼ਤੀ ਚੱਲਦੀ ਹੈ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ। ਗੁਰਪ੍ਰੀਤ ਗੋਪੀ ਸਰਪੰਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਜੋਗਿਆਂ ਦਾ ਪਰਿਵਾਰ ਜਿਨ੍ਹਾਂ ਵੱਲੋਂ ਕਹਿੰਦੇ ਅੱਜ ਦੀ ਕੁਸ਼ਤੀ ਦਾ 1.5 ਲੱਖ ਰੁਪਇਆ ਇਨਾਮ ਦਿੱਤਾ ਜਾ ਰਿਹਾ, ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ। ਲਓ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ, ਹੁਣ ਦੇਖਾਂਗੇ ਫੈਸਲਾ ਜਿੱਤ ਹਾਰ ਦਾ। ਇਹ ਸਮੇਂ ਦੀਆਂ ਬਾਤਾਂ ਨੇ ਕੁਸ਼ਤੀ ਆਰ ਬਾਰ ਦੀ ਕੁਸ਼ਤੀ ਆਰ ਬਾਰ ਦੀ ਮੇਰੀ ਵੀਰੋ। ਵਾਹ ਜੀ ਵਾਹ ਲਾ ਸਾਹਮਣੇ ਕਹਿੰਦੇ ਕੁਸ਼ਤੀ ਬਾ ਟੌਪ ਦੀ ਚੱਲਦੀ ਮੌਸਮ ਖੱਤਰੀ ਤੇ ਦੂਸਰੇ ਪਾਸੇ ਪ੍ਰਿਤਪਾਲ ਫਗਵਾੜਾ ਹੈ, ਐਨ ਸਿਰੇ ਦੀ ਕੁਸ਼ਤੀ ਹੈ ਕਿ ਚੰਡਿਆਂ ਗੜਾਸਿਆਂ ਦੇ ਵਾਰ ਨਹੀਂ ਉਹ ਚੱਲਦੇ ਹੋਣੀ ਅੱਗੇ ਕਦੇ ਹਥਿਆਰ ਨਹੀਂ ਉਹ ਚੱਲਦੇ।
ਉਹ ਕਾਹਦਾ ਬੰਦਾ ਦੋਸਤੋ ਜਿਹਦੇ ਪਿੱਛੋਂ ਪਿੰਡੋਂ ਬੰਦੇ ਚਾਰ ਨਹੀਂ ਉਚਲਦੇ ਚੰਡਿਆਂ ਗੜਾਸੀਆਂ ਦੇ ਵਾਰ ਨਹੀਂ ਉਚਲਦੇ ਕਿਸੇ ਕਿਸੇ ਕੁਸ਼ਤੀ ਵਿੱਚ ਸੁਪਰ ਸਟਾਰ ਨਹੀਂ ਉਚਲਦੇ ਲਾ ਪ੍ਰਿਤਪਾਲ ਫਗਵਾੜਾ ਦੇ ਦੂਸਰੇ ਪਾਸੇ ਆਪਾਂ ਦੇਖੀਏ ਮੌਸਮ ਖੱਤਰੀ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਤੇ 1.5 ਲੱਖ ਰੁਪਏ ਦੀ ਝੰਡੀ ਹੈ 100 ਲੱਖ ਇੱਕ ਪਾਸੇ ਤੇ 50,000 ਇੱਕ ਪਾਸੇ ਤੇ ਫਿਰ ਜਾ ਕੇ 1.5 ਲੱਖ ਦੀਆਂ ਗੱਲਾਂ ਬਣਦੀਆਂ ਨੇ ਲਾ ਸਾਹਮਣੇ ਕਹਿੰਦੇ ਇਧਰਲੇ ਪਾਸੇ ਵੱਡਾ ਯੁੱਧ ਚੱਲਦਾ ਦੋਨਾਂ ਮੱਲਾਂ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਹੈ ਮਤਲਬ ਮਾਰੋ ਦਾਅ ਵਿੱਚ ਕਿ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਦੁਨੀਆ ਡਰਦੀ ਹੈ ਭੈ ਹੁੰਦਾ ਸੱਪ ਦੀ ਲਕੀਰ ਦਾ ਸ਼ੇਰ ਦੀ ਦਿਹਾੜ ਤੋਂ ਵੀ ਦੁਨੀਆ ਡਰਦੀ ਹੈ ਸੂਰਮਾ ਚਾਹੇ ਜੱਗ ਤੋਂ ਤੁਰ ਜਾਂਦਾ ਉਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਪਾਲੇ ਹੋਏ ਦੁੱਧ ਮੱਖਣਾਂ ਦੇ ਸਰੀਰ ਤੋਂ ਦੁਨੀਆ ਡਰਦੀ ਹੈ ਐਨ ਕਹਿੰਦੇ ਪਾਲਿਆ ਹੋਇਆ ਸਰੀਰ ਹੈ ਪਰ ਕੁਝ ਕੁ ਪਲ ਬਾਕੀ ਰਹਿ ਗਏ ਨੇ ਇਸ ਕੁਸ਼ਤੀ ਦੇ ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰਦੀ ਹੈ ਇੱਕ ਵਾਰ ਇਹਨਾਂ ਮੱਲਾਂ ਦੇ ਲਈ ਬਸ ਸਿਰੇ ਦਾ ਜਿੱਤ ਹੋ ਗਿਆ ਅੱਜ ਇਤਿਹਾਸ ਦੀ ਕਹਿੰਦੇ ਪਹਿਲੀ ਕੁਸ਼ਤੀ ਹੈ ਪਹਿਲਵਾਨੀ ਇਤਿਹਾਸ ਦੀ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਅੱਜ ਕਹਿੰਦੇ ਤਿੰਨੋਂ ਕੁਸ਼ਤੀਆਂ ਦੇਖਣ ਯੋਗ ਹੋਈਆਂ ਹੈ ਸਿਰੇ ਦੀਆਂ ਕੁਸ਼ਤੀਆਂ ਦੇਖਣ ਯੋਗ ਹੋਈਆਂ ਮੇਰੀ ਵੀਡੀਓ ਅੱਜ ਦੀ ਝੰਡੀ ਸਾਧਪੁਰ ਨਗਰ ਮੇਰੀ ਵੀਡੀਓ ਦੁਆਬੇ ਦਾ ਪ੍ਰਸਿੱਧ ਪਿੰਡ ਹੈ ਫੈਸਲਾ ਆਰ ਮਾਰਦਾ ਫੈਸਲਾ ਜਿੱਤ ਹਾਰਦਾ ਤੇ ਟੈਟ ਬਈਏ ਦਾ ਵਾਜੀ ਵਾਹ ਸ਼ਾਮ ਸੰਧੂਰੀ ਹੋ ਗਈ ਹੈ ਉਧਰ ਮੈਂ ਵੇਖਦਾ ਵੀ ਸਾਡੇ MLA ਸਾਹਿਬ ਬੈਠੇ ਆ ਜੀ ਬੈਠੇ ਆ ਕੋਲ ਜਾ ਕੇ ਪਤਾ ਲੱਗਦਾ ਸੋਨਾ ਜੀ ਢੰਡਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਅੱਜ ਦੇ ਦੰਗਲ ਦੇ ਵਿੱਚ ਲੰਬੀ ਹਾਜ਼ਰੀ ਭਰੀ ਹੈ ਸੁੱਖੀ ਸ਼ਿਕਾਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੁਲੱਖਣ ਸਿੰਘ ਜੀ ਸਰਪੰਚ ਸਾਹਿਬ ਵੀ ਬੈਠੇ ਹੈ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਦੰਗਲ ਦੇ ਵਿੱਚ ਲਓ ਇਧਰਲੇ ਪਾਸੇ ਬੜੀ ਸ਼ਾਨਦਾਰ ਕੁਸ਼ਤੀ ਚੱਲਦੀ ਹੋਈ ਇਹਨਾਂ ਨੌਜਵਾਨਾਂ ਦੇ ਦਰਮਿਆਨ ਐਨ ਜੁੱਧ ਹੈ ਪੰਜਾਬੀ ਵੀ ਵੱਲੋਂ ਵੇਖੋ ਵਾਹ ਉਹ ਗੱਭਰੂ ਕੁਝ ਸਮਾਂ ਬੀਤ ਗਿਆ ਬੀਤਣ ਵਾਲਾ ਹੈ ਆਉਣ ਵਾਲਾ ਸਮਾਂ ਕਿਹਦੇ ਹੱਕ ਦੇ ਵਿੱਚ ਫੈਸਲਾ ਕਰਨ ਵਾਲਾ ਹੁਣ ਦੇਖਾਂਗੇ ਬੱਲੇ 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 ਸੈਂਟਰ ਜਵਾਬ ਗੱਭੇ ਨੂੰ ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰਦੇ ਦੋਨਾਂ ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਹੈ ਔਰ ਕੁਝ ਕੁ ਪਲ ਬਾਕੀ ਹੈ ਪ੍ਰਿਤਪਾਲ ਫਗਵਾੜਾ ਦੇ ਦੂਸਰੇ ਪਾਸੇ ਮੌਸਮ ਖੱਤਰੀ ਐਨ ਕਹਿੰਦੇ ਮਰਸੜੀ ਦੇ ਵਾਈਪਰ ਵਾਂਗ ਵਾਹਾਂ ਚੱਲਦੀਆਂ ਨੇ ਤੇਲੂ ਜਿੱਥੇ ਆਪਾਂ ਖੜੇ ਹਾਂ 3,86,266 ਕਿਲੋਮੀਟਰ ਤੇ ਚੰਦਰਮਾ ਤੇ ਸੂਰਜ 1,000 ਕਿਲੋਮੀਟਰ ਉੱਪਰ ਹੈ ਉਹ ਵੀ ਡਿਊਟੀ ਦੇ ਕੇ ਚਲਾ ਗਿਆ ਚਲੇ ਅਸੀਂ ਵੀ ਜਾਣਾ ਚਲੇ ਸੰਗਤ ਨੇ ਵੀ ਜਾਣਾ ਇੱਕ ਵਾਰ ਕੁਸ਼ਤੀ ਲਈ ਤਾੜੀ ਜ਼ੋਰਦਾਰ ਮਾਰ ਦਿਓ ਸਾਰਿਆਂ ਦੀ ਹਾਜ਼ਰੀ ਜਿਹੜੀ ਲੱਗ ਜਾਵੇ ਐਨ ਸਰਨਾਮਿਆਂ ਵਾਲੀ ਗੱਲ ਪਹੁੰਚੀ ਹੈ ਹਾਂਜੀ ਬਾਕੀ ਬਾਹਰ ਹੋ ਪਲਵਾਨ ਜੀ ਬਾਹਰ ਹਜੇ ਬਾਕੀ ਹਾਂਜੀ 1 ਮਿੰਟ ਬਾਕੀ ਹੈ ਕੁਸ਼ਤੀ ਦਾ 1 ਮਿੰਟ ਦਾ ਸਮਾਂ ਵਾਹ ਜੀ ਵਾਹ ਜੇ ਅੱਜ ਦਾ ਜੁੱਧ ਵਧੀਆ ਲੱਗਾ ਦਰਸ਼ਕ ਵੀਰੇ ਜ਼ੋਰ ਦਾ ਲਲਕਾਰਾ ਮਾਰ ਦਿਓ ਸਾਧਪੁਰੀਓ ਵਾਹ ਇਹ ਸਵਾਦ ਹੈ ਕੁਸ਼ਤੀ ਦਾ ਆਏ ਸਵਾਦ ਕੁਸ਼ਤੀ ਦਾ ਬੜੀ ਸ਼ਾਨਦਾਰ ਕੁਸ਼ਤੀ ਨਾਲ ਨੌਜਵਾਨਾਂ ਦੇ ਦਰਮਿਆਨ ਹੈ ਮੌਸਮ ਖੱਤਰੀ ਤੇ ਕਹਿੰਦੇ ਪ੍ਰਿਤਪਾਲ ਫਗਵਾੜੇ ਦਾ ਜੁੱਧ ਅੱਜ ਦੇਖਣ ਯੋਗ ਹੋ ਗਿਆ ਔਰ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦਾ ਜੁੱਧ ਦੇਖਣ ਯੋਗ ਮੇਰੇ ਪੰਜਾਬੀ ਵੀਰੇ ਲੋ ਪੈਂਦੇ ਹੋਏ ਪਟਾਕੇ ਵਾਹ ਕਿ ਸ਼ਰਦੇ ਵੀ ਛੋਟੇ ਵੀਰ ਆ ਕਰਨੀ ਰੀਤ ਸ਼ਰਾਬੀਆਂ ਦੀ ਆ ਵੇਖ ਪਟਾਕੇ ਪੈਂਦੇ ਕੁਸ਼ਤੀ ਉਹ ਖੇਡ ਪੰਜਾਬੀਆਂ ਦੀ ਬੱਲੇ 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 ਆ ਕੀ ਹੋ ਗਿਆ ਇਹਦੇ ਰੇਡ ਪੈਣ ਲੱਗ ਪਈ ਇਹ ਤਾਂ ਕਬੱਡੀ ਦੀ ਰੇਡ ਪੈਣ ਲੱਗ ਪਈ ਤਾੜੀ ਜ਼ੋਰਦਾਰ ਮਾਰ ਦਿਓ ਮੱਲਾਂ ਦੇ ਲਈ ਵਾਜੀ ਵਾਹ ਸਿਰਾ ਹੋ ਗਿਆ ਸਤਿਕਾਰਯੋਗ ਚਿਹਰੇ ਨੇ ਸਟੇਜ ਤੇ ਬਿਰਾਜਮਾਨ ਸਾਡੇ MLA ਸਾਹਿਬ ਡਾਕਟਰ ਸੁਖਵਿੰਦਰ ਸੁੱਖੀ ਜੀ ਸੱਜੀਆਂ ਖੱਬੀਆਂ ਬਾਹਾਂ ਜਿੰਨੀਆਂ ਵੀ ਨਾਲ ਪਹੁੰਚੀਆਂ ਨੇ ਵੱਡਾ ਸਤਿਕਾਰ ਹੈ ਤੇ ਸੋਹਣ ਲਾਲ ਢੰਡਾ ਜੀ ਸਰਪੰਚ ਸੁਲੱਖਣ ਸਿੰਘ ਜੀ ਸੁਖਦੀਪ ਸਿੰਘ ਜੀ ਸ਼ਿਕਾਰ ਕੱਲੇ ਕੱਲੇ ਚਿਹਰੇ ਦਾ ਵੱਡਾ ਧੰਨਵਾਦ ਹਾਂਜੀ ਟਾਈਮ ਪੂਰਾ ਹੋ ਗਿਆ ਜੀ ਹਾਂਜੀ ਵੇਚਣਾ ਆਇਓ ਹਜੇ ਫੈਸਲਾ ਬਾਕੀ ਹੈ ਵੇਚਣਾ ਕੋਈ ਆਇਓ ਹਾਂਜੀ ਦਰਸ਼ਕ ਵੀਰੋ ਕੀ ਫੈਸਲਾ ਪ੍ਰਬੰਧਕੀ ਕਮੇਟੀ ਦਾ ਹਾਂ
ਬਈ ਮੁੰਡਿਆਂ ਦਾ ਜੋਰ ਪੂਰਾ ਹੋਇਆ ਦਰਸ਼ਕ ਵੀਰੇ ਸਵਾਦ ਕੁਸ਼ਤੀ ਦਾ ਪੂਰਾ ਆਇਆ ਤੇ ਪ੍ਰਬੰਧਕੀ ਕਮੇਟੀ ਦਾ ਫੈਸਲਾ ਵੀ 5 ਮਿੰਟ ਖੁੱਲੇ ਦੇਵੇ ਦੋਨੋਂ ਪਹਿਲਵਾਨਾਂ ਨੂੰ 5 ਮਿੰਟ ਖੁੱਲੇ ਪਹਿਲਵਾਨਾਂ ਨੇ यार बाकी का बाहर आ जाओ प्लीज आ जाओ सारे आ जाओ हाँ जी कहते जो जा दो मिनट दो ਵਈ ਸੰਗਤ ਫੈਸਲਾ ਚਾਹੁੰਦੀ ਹੈ ਆਜੋ ਆਜੋ ਇੱਥੇ ਆਜੋ ਸੰਗਤ ਫੈਸਲਾ ਚਾਹੁੰਦੀ ਤਾੜੀ ਜ਼ੋਰਦਾਰ ਮਾਰ ਦਿਓ ਬੁੱਲਾਂ ਦੇ ਲਈ ਇੱਥੇ ਆਜੋ ਆ ਗਿਆ ਵੀ ਪ੍ਰਿਤਪਾਲ ਮੌਸਮ ਵਿੱਚ ਐਨ ਸਿਰੇ ਦੀ ਕੁਸ਼ਤੀ ਹੋਈ ਆ ਦੋਨਾਂ ਮੱਲਾਂ ਦਾ ਪੂਰਾ ਜ਼ੋਰ ਲੱਗਾ ਇੱਕ ਸੈਕਿੰਡ ਕੁਸ਼ਤੀ ਨਹੀਂ ਰੁਕੀ ਇੱਕ ਸੈਕਿੰਡ ਜਿਹੜੀ ਕਹਿ ਦਈਏ ਕੁਸ਼ਤੀ ਨਹੀਂ ਰੁਕੀ ਭਾਜੀ ਬਾਹਰ ਹੋ ਜਾਓ ਤੁਸੀਂ ਸਾਡੇ ਰੈਫਰੀ ਵੀਰਾਂ ਦਾ ਫੈਸਲਾ ਟਲ ਹੈ ਸਾਰੇ ਸਹਿਜਪਾਲ ਵੀਰ ਹੱਥ ਜੋੜ ਕੇ ਬੇਨਤੀ ਬਾਹਰ ਹੋ ਜਾਈਏ ਉਸਤਾਦ ਬਾਹਰ ਹਾਂਜੀ ਪੈਸੇ ਕਮੇਟੀ ਨੇ ਦੇਣੇ ਕਮੇਟੀ ਫੈਸਲਾ ਦੱਸੋ ਆਪਣਾ ਯਾਰ ਬਾਕੀ ਛੱਡੋ ਹਾਂਜੀ ਜੇ ਪੁਆਇੰਟ ਗਿਣਨੇ ਤਾਂ ਫਿਰ ਇੱਧਰ ਬਾਸ਼ਿੰਦਰਪਾਲ ਜੀ ਕਹਿੰਦੇ ਸਾਰੇ ਗਿਣ ਲਓ ਫਿਰ